ਬੰਦਿਆ ਨਾ ਤੇਰੇ ਹੱਥੋਂ ਛੁੱਟ ਜਾਏ ਨਾਮ ਦਾ ਪਿਆਲਾ ਤੂੰ ਵੀ ਪੀ ਲੈ ਬੰਦਿਆ ਨਾ ਤੇਰੇ ਹੱਥੋਂ ਛੁੱਟ ਜਾਏ
ਕਬੀਰ ਏਕ ਘੜੀ ਆਦੀ ਘੜੀ ਆਦੀ ਹੂੰ ਤੇ ਆਦ ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਪਰਮ ਪੂਜਯ ਪਾਕ ਹਜ਼ੂਰੇ ਅਨਵਰ ਵਾਲੀਏ ਕੁਲ ਆਲਮ ਪਤਤ ਪਾਵਨ ਕਿਰਪਾ ਨਿਧਾਨ ਸਾਹਿਬੇ ਸੁਹਾਵਾ ਸਰਵਰੇ ਕਾਇਨਾਤ ਹਾਜ਼ਰਾ ਹਜ਼ੂਰ ਜ਼ਾਹਿਰਾ ਜ਼ਹੂਰ ਸਰਬ ਕਲਾ ਭਰਪੂਰ ਤਖਤ ਚਵਰ ਛਤਰ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਮੁਕੱਦਸ ਤੇ ਮੁਤਬਰਕ ਚਰਨਾਂ 'ਚ ਸੰਗਤ ਰੂਪ ਵਿੱਚ ਸਜ ਬੈਠੇ ਸਤਸੰਗੀ ਜਨੋ, ਸਮਾਂ ਮਿਲਿਆ ਰੋਜ਼ਾਨਾ ਦੀ ਤਰ੍ਹਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ 'ਚ ਖਲੋ ਕੇ ਆਪ ਰੱਬ ਵਰਗੀਆਂ ਸੰਗਤਾਂ ਦੇ ਨਾਲ ਕੁਝ ਸਮੇਂ ਵਾਸਤੇ ਗੁਰੂ ਇਤਿਹਾਸ ਅਤੇ ਗੁਰਮਤਿ ਵਿਚਾਰਾਂ ਕਹਿਣੀਆਂ ਸ਼ੁਰੂ ਕਰਾਂ। ਪੇਸ਼ ਦਰ ਇਸ ਤੋਂ ਕਿ ਮੈਂ ਆਪਣੇ ਵਿਚਾਰਾਂ ਦਾ ਆਗਾਜ਼ ਕਰਾਂ, ਪਹਿਲਾਂ ਕਲਗੀਧਰ ਪਾਤਸ਼ਾਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਫਤਿਹ ਗਜਾ ਲਈ। ਫਤਿਹ ਗਜਾਉਂਦਿਆਂ ਅਸੀਂ ਦੋ ਵਾਰ ਵਾਹਿਗੁਰੂ ਸ਼ਬਦ ਜਪਾਂਗੇ। ਸਾਥੀ ਅਲੰਕਾਰ ਦੀ ਕਵਿਤਾ ਦੁਆਰਾ ਬਿਨੈ ਕਰ ਰਹੇ ਸਨ ਕਿ ਇਹ ਇਨਸਾਨ, ਪਰਮਾਤਮਾ ਨੇ ਤੈਨੂੰ ਆ ਸੰਸਾਰ ਤੇ ਭੇਜਣ ਵੇਲੇ ਗਿਣਵੇਂ ਸਵਾਸ ਦਿੱਤੇ ਨੇ। ਅਸੀਂ ਗਿਣਤੀ ਸਾਲਾਂ ਵਿੱਚ ਕਰਦੇ ਹਾਂ, ਮਹੀਨਿਆਂ ਵਿੱਚ ਕਰਦੇ ਹਾਂ, ਦਿਨਾਂ ਵਿੱਚ ਕਰਦੇ ਹਾਂ, ਪਰ ਪਾਤਸ਼ਾਹ ਦੀ ਬਾਣੀ ਦਾ ਇੱਕ ਬਚਨ ਹੈ, ਹਮ ਆਦਮੀ ਹਾਂ ਇੱਕ ਦਮੀ, ਮੋਹਲਤ ਮੋਹਤ ਨਾ ਜਾਣਾ। ਇੱਕ ਇੱਕ ਸਵਾਸ ਕੀਮਤੀ ਹੈ ਅਤੇ ਸਵਾਸ ਲੇਖੇ ਵਿੱਚ ਲੱਗਦਾ ਹੈ, ਜਿਹੜੇ ਸਵਾਸ ਨਾਲ ਅਸੀਂ ਵਾਹਿਗੁਰੂ ਸ਼ਬਦ ਜਪਦੇ ਹਾਂ। ਫਿਰ ਉਹਨਾਂ ਕੀਮਤੀ ਸਵਾਸਾਂ ਨੂੰ, ਜਿਨ੍ਹਾਂ ਦੀ ਆਉਣ ਵਾਲੀ ਗਿਣਤੀ ਦਾ ਸਾਨੂੰ ਕੋਈ ਗਿਆਨ ਨਹੀਂ ਕਿ ਕਿੰਨੇ ਕੁ ਬਾਕੀ ਨੇ, ਜਿਹੜੇ ਬੀਤ ਗਏ ਉਹਨਾਂ ਨੇ ਹੱਥ ਨਹੀਂ ਆਉਣਾ, ਜਿਹੜੇ ਰਹਿੰਦੇ ਨੇ ਉਹਨਾਂ ਨੂੰ ਸਫਲੇ ਕਰ ਲਏ। ਸਵਾਸ ਸਫਲੇ ਹੁੰਦੇ ਨੇ ਜਦੋਂ ਅਸੀਂ ਵਾਹਿਗੁਰੂ ਸ਼ਬਦ ਜਪਦੇ ਹਾਂ। ਆਓ ਫਤਿਹ ਦੁਆਰਾ ਦੋ ਵਾਰ ਵਾਹਿਗੁਰੂ ਸ਼ਬਦ ਜਪ ਕੇ ਸਵਾਸਾਂ ਨੂੰ ਸਫਲੇ ਕਰੀਏ। ਕਰਿਓ ਕਿਰਪਾ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ 'ਚ ਆਪਣਾ ਮਸਤਕ ਝੁਕਾਓ, ਸ਼ਰਧਾ ਭਾਵਨਾ ਅਤੇ ਪਿਆਰ ਨਾਲ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਤੋਂ ਪਹਿਲਾਂ ਪੰਥ ਦੇ ਮਹਾਨ ਵਿਦਵਾਨ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਪੌਂਟਾ ਸਾਹਿਬ ਵਾਲੇ ਚੋਟੀ ਦੇ ਕਥਾਵਾਚਕ ਨੇ, ਉਹ ਆਪ ਜੀ ਨੂੰ ਗੁਰਮਤਿ ਗਿਆਨ ਜਿਹੜਾ ਉਹਨਾਂ ਕੋਲ ਬਹੁਤ ਵੱਡਾ ਭੰਡਾਰ ਹੈ ਉਹ ਆਪ ਜੀ ਦੇ ਨਾਲ ਸਾਂਝਾ ਕਰ ਰਹੇ ਸਨ। ਸਮਾਂ ਬਣਿਆ ਮੈਂ ਆਪਣਾ ਨਿਮਾਣਾ ਜਿਹਾ ਢਾਡੀ ਜੱਥਾ ਲੈ ਕੇ ਆਪ ਜੀ ਦੇ ਪਾਵਨ ਚਰਨਾਂ 'ਚ ਹਾਜ਼ਰ ਹਾਂ। ਅਸੀਸ ਬਖਸ਼ਿਸ਼ ਕਰਿਓ। ਮੈਂ ਜਿਹੜਾ ਪ੍ਰਕਰਨ ਆਪ ਜੀ ਦੀ ਸੇਵਾ ਵਿੱਚ ਅੱਜ ਕਹਿਣ ਦਾ ਮਨ ਬਣਾਇਆ, ਛੇਵੇਂ ਪਾਤਸ਼ਾਹ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਜਦੋਂ ਅਸੀਂ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਜ਼ਿਕਰ ਕਰਦੇ ਹਾਂ, ਕਈ ਵਾਰ ਅਸੀਂ ਉਹਨਾਂ ਦੇ ਜੀਵਨ ਦੇ ਬਹੁਤੇ ਪ੍ਰਸੰਗ ਜੰਗਾਂ ਯੁੱਧਾਂ ਦੇ ਆਖਦੇ ਹਾਂ, ਕਿਉਂਕਿ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਆਪਣੇ ਜੀਵਨ ਵਿੱਚ ਚਾਰ ਜੰਗ ਲੜੇ। ਹੁਣ ਚਾਰ ਜੰਗਾਂ ਦਾ ਕਾਰਨ ਕੀ ਸੀ? ਦੁਨੀਆਂ ਦੇ ਨੀਤੀਵਾਨ ਇਸ ਗੱਲ ਦਾ ਜ਼ਿਕਰ ਕਰਦੇ ਨੇ ਵੀ ਜੰਗ ਜਦੋਂ ਵੀ ਹੋਵੇਗੀ ਉਹਦੇ ਤਿੰਨ ਕਾਰਨ ਹੋਣਗੇ। ਗੌਰ ਨਾਲ ਸੁਣਿਓ, ਨੀਤੀਵਾਨ ਕਹਿੰਦੇ ਨੇ ਜਦੋਂ ਵੀ ਜੰਗ ਹੋਵੇਗੀ ਨਾ ਉਹਦੇ ਮੁੱਖ
ਤਿੰਨ ਕਾਰਨ ਹੋਣਗੇ। ਉਹ ਕਾਰਨਾਂ ਦਾ ਜ਼ਿਕਰ ਕਰਦੇ ਕਹਿੰਦੇ ਨੇ ਜ਼ਰ, ਜ਼ੋਰੂ ਅਤੇ ਜ਼ਮੀਨ। ਜ਼ਰ ਦੌਲਤ ਨੂੰ ਕਹਿੰਦੇ ਨੇ, ਜ਼ੋਰੂ ਔਰਤ ਨੂੰ ਕਹਿੰਦੇ ਨੇ, ਤੇ ਜ਼ਮੀਨ ਦੇ ਅਰਥ ਅਸੀਂ ਸਾਰੇ ਜਾਣਦੇ ਹਾਂ। ਨੀਤੀਵਾਨ ਕਹਿੰਦਾ ਜਦੋਂ ਵੀ ਕਿਤੇ ਜੰਗ ਹੋਵੇਗੀ ਉਹਦੇ ਤਿੰਨ ਕਾਰਨ ਹੋਣਗੇ, ਜਾਂ ਧਨ ਦੌਲਤ ਹੋ ਸਕਦਾ, ਜਾਂ ਅਸੀਂ ਪਿਛੋਕੜ ਦੇ ਇਤਿਹਾਸ ਜਿਹੜੇ ਉਸ ਧਰਮ ਦੇ ਪੜ੍ਹਦੇ ਹਾਂ, ਔਰਤਾਂ ਪਿੱਛੇ ਜੰਗ ਹੋਏ ਨੇ, ਤਾਂ ਜਾਂ ਜ਼ਮੀਨ 'ਤੇ ਕਬਜ਼ਾ ਕਰਨ ਦੀ ਭਾਵਨਾ ਨਾਲ ਜੰਗ ਹੁੰਦੇ ਨੇ। ਨੀਤੀਵਾਨ ਕਹਿੰਦਾ ਵੀ ਇਹਨਾਂ ਤਿੰਨਾਂ ਕਾਰਨਾਂ ਤੋਂ ਬਗੈਰ ਚੌਥਾ ਕੋਈ ਕਾਰਨ ਹੀ ਨਹੀਂ ਕਿ ਕਿਤੇ ਝਗੜਾ ਹੋ ਸਕੇ। ਪਰ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਜੀਵਨ ਦੇ ਚਾਰ ਜੰਗਾਂ ਦਾ ਇਤਿਹਾਸ ਪੜ੍ਹ ਕੇ ਵੇਖਿਓ। ਪਾਤਸ਼ਾਹ ਦੇ ਜੀਵਨ ਦੇ ਜੰਗ ਨੇ ਜਿਹੜੇ, ਉਹਨਾਂ ਵਿੱਚੋਂ ਆ ਜਿਹੜੇ ਤਿੰਨ ਕਾਰਨ ਜ਼ਰ, ਜ਼ੋਰੂ, ਜ਼ਮੀਨ, ਮੈਂ ਆਪ ਜੀ ਦੇ ਨਾਲ ਬਚਨ ਸਾਂਝਾ ਕੀਤਾ, ਇਹਨਾਂ ਤਿੰਨਾਂ ਵਿੱਚੋਂ ਇੱਕ ਵੀ ਕਾਰਨ ਨਹੀਂ, ਫਿਰ ਪਾਤਸ਼ਾਹ ਨੇ ਜੰਗ ਕਿਉਂ? ਪਾਤਸ਼ਾਹ ਦੇ ਜੀਵਨ ਦਾ ਮਿਸ਼ਨ ਹੱਕ ਲਈ, ਸੱਚ ਲਈ, ਨੇਕੀ ਲਈ, ਪਰ ਉਪਕਾਰ ਲਈ, ਅਣਖ ਲਈ, ਗੈਰਤ ਲਈ, ਨਿਮਾਣਿਆਂ ਲਈ, ਨਿਤਾਣਿਆਂ ਲਈ, ਗਰੀਬਾਂ ਲਈ, ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਆਪਣਾ ਸਵਾਸ ਸਮਰਪਿਤ ਕਰ ਦਿੱਤਾ। ਲੇਕਿਨ ਮੈਂ ਆਪ ਜੀ ਦੇ ਨਾਲ ਜੰਗਾਂ ਯੁੱਧਾਂ ਦਾ ਪ੍ਰਕਰਣ ਨਹੀਂ ਕਹਿਣਾ, ਮੈਂ ਉਹ ਪ੍ਰਸੰਗ ਤੁਹਾਡੀ ਸੇਵਾ 'ਚ ਕਹਿਣ ਲੱਗਾ ਜਿਹਨੂੰ ਸੁਣ ਕੇ ਸਾਡੀ ਭਾਵਨਾ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਜੀਵਨ ਨਾਲ ਜੁੜ ਜਾਏ, ਸਾਡੀ ਭਾਵਨਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਨਾਲ ਜੁੜ ਜਾਏ, ਸਾਡੀ ਭਾਵਨਾ ਸੇਵਾ ਨਾਲ, ਸਿਮਰਨ ਨਾਲ, ਬੰਦਗੀ ਨਾਲ, ਭਗਤੀ ਨਾਲ ਜੁੜ ਜਾਏ। ਆਓ ਆਪਣੇ ਧਿਆਨ ਨੂੰ ਸ਼੍ਰੀਨਗਰ ਦੀ ਧਰਤੀ 'ਤੇ ਲੈ ਕੇ ਚੱਲੀਏ। ਇੱਥੇ ਇੱਕ ਪਰਿਵਾਰ ਰਹਿੰਦਾ ਹੈ, ਧਰਮੀ ਪਰਿਵਾਰ, ਲੇਕਿਨ ਜ਼ਾਤ ਕਰਕੇ ਉਹ ਬ੍ਰਾਹਮਣ ਨੇ, ਪੰਡਿਤ ਨੇ। ਉਸ ਪਰਿਵਾਰ ਦੇ ਵਿੱਚੋਂ ਜਿਸ ਇਨਸਾਨ ਦਾ ਮੈਂ ਜ਼ਿਕਰ ਕਰਦਾ, ਇਤਿਹਾਸ ਨੇ ਉਹਦਾ ਨਾਂ ਲਿਖਿਆ ਭਾਈ ਸੇਵਾਦਾਸ। ਬਹੁਤ ਧਾਰਮਿਕ ਵਿਰਤੀ ਦਾ ਇਨਸਾਨ ਹੈ, ਬਿਰਲਾ ਬੰਦਾ ਹੁੰਦਾ ਜਿਹੜਾ ਰੱਬੀ ਰਾਹ ਦਾ ਮੁਤਲਾਸ਼ੀ ਹੁੰਦਾ, ਜਿਹਦੇ ਮਨ ਵਿੱਚ ਭਾਵਨਾ ਹੁੰਦੀ ਹੈ ਵੀ ਮੈਂ ਰੱਬ ਨੂੰ ਮਿਲਣਾ ਚਾਹੁੰਦਾ, ਮੈਂ ਧਰਮ ਦੇ ਮਾਰਗ 'ਤੇ ਚੱਲਣਾ ਚਾਹੁੰਦਾ। ਇਹ ਢੁੰਡਾਊ ਬਿਰਤੀ ਹੈ ਇਹਦੀ, ਵੀ ਮੈਂ ਲੱਭਾਂ ਰੱਬ ਕੀ ਹੁੰਦਾ, ਰੱਬ ਕਿੱਥੇ ਵੱਸਦਾ, ਅਤੇ ਰੱਬ ਮਿਲਣਾ ਕਿਵੇਂ ਹੈ, ਇਹਦੇ ਕਾਰਨ ਕੀ ਨੇ। ਸੇਵਾਦਾਸ ਵੱਖ ਵੱਖ ਥਾਵਾਂ 'ਤੇ ਜਾਂਦਾ, ਕਦੇ ਮੰਦਰਾਂ 'ਚ ਜਾ ਕੇ ਰੱਬ ਨੂੰ ਲੱਭਦਾ, ਕਿਉਂਕਿ ਹਿੰਦੂ ਧਰਮ ਨੂੰ ਬਿਲੋਂਗ ਕਰਦਾ, ਜ਼ਾਤ ਦਾ ਬ੍ਰਾਹਮਣ ਹੈ। ਇਹ ਜਦੋਂ ਮੰਦਰਾਂ ਵਿੱਚ ਜਾਂਦਾ ਹੈ, ਸੇਵਾ ਕਰਦਾ ਹੈ, ਅਤੇ ਦੂਜੇ ਲੋਕਾਂ ਨੂੰ ਸੇਵਾ ਕਰਦਿਆਂ ਤੱਕਦਾ, ਇਹਨੂੰ ਗਲ ਵਿੱਚ ਜਨੇਊ ਪਹਿਨੇ, ਮੱਥੇ 'ਤੇ ਤਿਲਕ ਲੱਗੇ, ਚਿੱਟੀਆਂ ਧੋਤੀਆਂ ਲੱਗੀਆਂ, ਇਹ ਬਹੁਤ ਬਰੀਕੀ ਨਾਲ, ਇੱਕ ਹੁੰਦਾ ਧਰਮ ਦਾ ਵਿਖਾਵਾ, ਖਿਮਾ ਕਰਿਓ, ਇੱਕ ਹੁੰਦੀ ਧਰਮ ਦੀ ਢੂੰਡ, ਧਰਮ ਦੀ ਲਾਭ, ਧਰਮ ਨੂੰ ਲੱਭਣਾ, ਇਹ ਧਰਮ ਨੂੰ ਲੱਭਣਾ ਚਾਹੁੰਦਾ, ਰੱਬੀ ਰਾਹ ਦਾ ਮੁਤਲਾਸ਼ੀ ਹੈ, ਤਲਾਸ਼ ਕਰਦਾ, ਕਦੇ ਮੰਦਰਾਂ ਵਿੱਚ ਜਾਂਦਾ, ਕਦੇ ਮੱਠਾਂ ਵਿੱਚ ਜਾਂਦਾ, ਕਦੇ ਜੋਗੀਆਂ ਨੂੰ ਮਿਲਦਾ, ਕਦੇ ਪਹਾੜਾਂ ਦੀਆਂ ਕੰਧਰਾਂ ਵਿੱਚ ਜਾਂਦਾ, ਅਤੇ ਵੱਖ ਵੱਖ ਲੋਕ ਜਿਹੜੇ ਇਹਨੂੰ ਮਿਲਦੇ ਨੇ ਨਾ, ਇਹ ਸਭ 'ਤੇ ਸਵਾਲ ਕਰਦਾ ਵੀ ਮੈਂ ਰੱਬ ਦੇ ਦੀਦਾਰ ਕਰਨੇ ਨੇ, ਕਿੱਥੋਂ ਹੋਵੇਗਾ ਰੱਬ ਦਾ ਦੀਦਾਰ, ਯਤਨ ਕਰਦਾ, ਲੇਕਿਨ ਕਿਤੋਂ ਇਹਦੇ ਮਨ ਨੂੰ ਸਕੂਨ ਨਹੀਂ ਮਿਲਦਾ, ਇਹ ਲੱਭਦਾ ਚੱਲਦਾ ਚੱਲਦਾ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਪਾਵਨ ਅਸਥਾਨ 'ਤੇ ਪਹੁੰਚ ਗਿਆ।
ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਨੇ, ਇੱਕ ਬੰਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਇੱਕ ਬੰਨੇ ਸੱਚਖੰਡ ਦਰਬਾਰ ਸ੍ਰੀ ਹਰਿਮੰਦਰ ਸਾਹਿਬ, ਇੱਥੇ ਆ ਗਿਆ ਇਹ ਸ੍ਰੀਨਗਰ ਵਾਲਾ ਸੇਵਾਦਾਸ। ਇਹਨੇ ਸਿੱਖਾਂ ਨੂੰ ਸੇਵਾ ਕਰਦਿਆਂ ਦੇਖਿਆ, ਇੱਕ ਬੰਨੇ ਜਦੋਂ ਅੰਮ੍ਰਿਤ ਵੇਲੇ ਇਹਨੂੰ ਜਾਗ ਆਉਂਦੀ ਹੈ, ਇਹਦੇ ਕੰਨਾਂ 'ਚ ਕੀਰਤਨ ਦੀ ਆਵਾਜ਼ ਪੈਂਦੀ ਹੈ, ਇਹਦੇ ਕੰਨਾਂ 'ਚ ਬਾਣੀ ਦੀ ਆਵਾਜ਼ ਪੈਂਦੀ ਹੈ, ਤੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ ਵਿੱਚ ਜਾਂਦਾ, ਨਤਮਸਤਕ ਹੁੰਦਾ, ਨੇਤਰ ਬੰਦ ਕਰਦਾ, ਘੰਟਿਆਂ ਬੱਧੀ ਸਮਾਧੀ ਜੋੜ ਕੇ ਬੈਠਾ ਰਹਿੰਦਾ ਹੈ, ਤੇ ਫਿਰ ਉੱਥੋਂ ਸੰਗਤਾਂ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਦੀਦਾਰ ਕਰਨ ਵਾਸਤੇ ਆਉਂਦੀਆਂ, ਕਿਉਂਕਿ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਸਭ ਤੋਂ ਪਹਿਲਾਂ ਆਪਣੇ ਦਿਨ ਦੀ ਆਰੰਭਤਾ ਸਤਿਖੰਡ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਤੋਂ ਬਾਅਦ, ਮੱਥਾ ਟੇਕਣ ਤੋਂ ਬਾਅਦ, ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਖਰਾਜ਼ੇ ਅਕੀਦਤ ਪੇਸ਼ ਕਰਨ ਤੋਂ ਬਾਅਦ ਕਰਦੇ ਨੇ। ਜਦੋਂ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਦੇ ਪਾਵਨ ਚਰਨਾਂ 'ਚ ਨਮਸਕਾਰ ਕਰਨ ਵਾਸਤੇ ਸੱਚਖੰਡ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਜਾਂਦੇ ਨੇ, ਤੇ ਇੱਥੋਂ ਸੱਚੇ ਪਾਤਸ਼ਾਹ ਆਉਂਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਸੰਗਤ ਪਾਤਸ਼ਾਹ ਦੇ ਨਾਲ ਆ ਜਾਂਦੇ। ਮੈਂ ਜ਼ਿਕਰ ਸੇਵਾਦਾਸ ਦਾ ਕਰਦਾ ਜਿਹੜਾ ਸ੍ਰੀਨਗਰ ਦਾ ਵਾਸੀ ਹੈ। ਜਦੋਂ ਸੰਗਤ ਵਾਪਸ ਆਉਂਦੀ ਹੈ, ਸਾਰੀ ਸੰਗਤ ਹੱਥ ਜੋੜਦੀ ਸੱਚੇ ਪਾਤਸ਼ਾਹ ਦਾ ਸਨਮਾਨ ਕਰਦੇ ਨੇ, ਤੇ ਸੰਗਤ ਦੇ ਨਾਲ ਉੱਠ ਕੇ ਸ੍ਰੀ ਅਕਾਲ ਤਖਤ ਸਾਹਿਬ ਵੱਲ ਆ ਜਾਂਦਾ ਹੈ। ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਫਿਰ ਸ੍ਰੀ ਅਕਾਲ ਤਖਤ ਸਾਹਿਬ ਤੇ ਚਬੂਤਰੇ ਤੇ ਸੁਸ਼ੋਭਿਤ ਹੁੰਦੇ ਨੇ। ਇਹ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਬਚਨ ਸੁਣਦਾ ਤੇ ਦਰਬਾਰ ਦੇਖਿਆ ਸੱਚੇ ਪਾਤਸ਼ਾਹ ਦਾ, ਇੱਕ ਬੰਨੇ ਪਾਤਸ਼ਾਹ ਦੇ ਮਾਲਾ ਵਾਲੇ ਬੈਠੇ ਨੇ, ਜਿਹੜੇ ਹੱਥ ਵਿੱਚ ਮਾਲਾ ਲੈ ਕੇ ਨੇਤਰ ਬੰਦ ਨੇ, ਬੁੱਲ ਫੜਕਦੇ ਨੇ, ਗੁਰੂ ਗੁਰੂ ਜਪੀ ਜਾਂਦੇ ਨੇ, ਤੇ ਜਦੋਂ ਦੂਜੇ ਬੰਨੇ ਇਹਦੀ ਨਜ਼ਰ ਜਾਂਦੀ ਹੈ, ਇੱਧਰ ਸ਼ਸਤਰਧਾਰੀ ਸੂਰਮੇ ਬੈਠੇ, ਇਹਦਾ ਜੀ ਨਹੀਂ ਕਰਦਾ ਇੱਥੋਂ ਜਾਣ ਨੂੰ। ਸਾਰਾ ਦਿਨ ਸੇਵਾ ਕਰਦਾ, ਸ਼ਾਮਾਂ ਦੇ ਵਕਤ ਬਾਣੀ ਸਰਵਣ ਕਰਦਾ, ਗੁਰੂ ਕੇ ਲੰਗਰ ਵਿੱਚ ਜਾ ਕੇ ਪ੍ਰਸ਼ਾਦਾ ਛਕਦਾ, ਲੇਕਿਨ ਰਾਤ ਆਰਾਮ ਕਰਨ ਤੋਂ ਬਾਅਦ ਅੰਮ੍ਰਿਤ ਵੇਲਾ ਜਦੋਂ ਹੁੰਦਾ, ਇਹ ਫਿਰ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਪਹੁੰਚਦਾ, ਕਥਾ ਸੁਣਦਾ, ਕੀਰਤਨ ਸੁਣਦਾ। ਜਦੋਂ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਆਉਂਦੇ ਨੇ, ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਨਮਸਕਾਰ ਕਰਨ ਤੋਂ ਬਾਅਦ, ਮੱਥਾ ਟੇਕਣ ਤੋਂ ਬਾਅਦ, ਜਦੋਂ ਸ੍ਰੀ ਅਕਾਲ ਤਖਤ ਸਾਹਿਬ ਵੱਲ ਨੂੰ ਆਉਂਦੇ ਨੇ ਪਾਤਸ਼ਾਹ, ਇਹ ਸੇਵਾਦਾਸ ਦੀ ਹਰ ਰੋਜ਼ ਦੀ ਪ੍ਰਕਿਰਿਆ ਬਣ ਗਈ। ਸੱਚੇ ਪਾਤਸ਼ਾਹ ਦੇ ਦੀਦਾਰ ਕਰਦਾ, ਇਹਦੇ ਮਨ ਨੇ ਫੈਸਲਾ ਕਰ ਲਿਆ, ਉਹ ਮਨਾ ਜਿਹੜੇ ਰੱਬ ਨੂੰ ਲੱਭਦਾ ਫਿਰਦਾ, ਜਿਸ ਰੱਬੀ ਰਾਹ ਦਾ ਮੁਤਲਾਸ਼ੀ ਬਣਿਆ, ਲੰਮਾ ਸਮਾਂ ਬੀਤ ਗਿਆ, ਆ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਦੀਦ ਕੀਤਿਆਂ ਇਉਂ ਜਾਪਦਾ ਜਿਵੇਂ ਰੱਬ ਦੇ ਦੀਦਾਰ ਹੋ ਗਏ। ਕੁਝ ਕੁ ਦਿਨ ਸੇਵਾ ਕਰਨ ਤੋਂ ਬਾਅਦ, ਦਰਸ਼ਨ ਦੀਦਾਰ ਕਰਨ ਤੋਂ ਬਾਅਦ, ਬਾਣੀ ਸਰਵਣ ਕਰਨ ਤੋਂ ਬਾਅਦ, ਜਦੋਂ ਇਹਦੇ ਮਨ ਨੇ ਫੈਸਲਾ ਕਰ ਲਿਆ ਵੀ ਇੱਥੇ ਹੀ ਵੱਸਦਾ ਰੱਬ, ਕੁਝ ਕੁ ਦਿਨ ਬੀਤਣ ਤੋਂ ਬਾਅਦ ਵਾਪਸ ਆਪਣੇ ਘਰ ਵੱਲ ਨੂੰ ਚੱਲ ਪਿਆ। ਅੱਜ ਵਰਗੇ ਸਾਧਨ ਨਹੀਂ ਸਨ, ਅੱਜ ਵਰਗੇ ਰਸਤੇ ਨਹੀਂ ਸਨ, ਸ੍ਰੀਨਗਰ ਪਹਾੜੀ ਰਸਤਾ ਸੀ। ਇਹ ਲੰਮੇ ਪੈਂਡੇ ਨੂੰ ਤੈਅ ਕਰਕੇ ਜਦੋਂ ਆਪਣੇ ਘਰ ਪਹੁੰਚਿਆ, ਇਹਦੀ ਮਾਤਾ ਵੀ ਬਹੁਤ ਭਾਗਾਂ ਵਾਲੀ ਹੈ ਜੀ, ਉਹ ਵੀ ਰੱਬੀ ਰਾਹ ਦੀ ਮੁਤਲਾਸ਼ੀ ਹੈ, ਉਹ ਵੀ ਲੱਭਦੀ ਕੋਈ ਗੁਰੂ ਦਾ ਪਿਆਰਾ, ਕੋਈ ਰੱਬ ਦਾ ਪਿਆਰਾ, ਮੈਨੂੰ ਰੱਬੀ ਰਾਹ ਦੱਸੇ। ਕੁਝ ਦਿਨਾਂ ਤੋਂ ਬਾਅਦ ਜਦੋਂ ਇਹਦਾ ਪੁੱਤਰ ਘਰ ਆਇਆ, ਇਹਦੀ ਮਾਂ ਨੇ ਸਵਾਲ ਪੁੱਛ ਲਿਆ, ਪੁੱਤ ਪਹਿਲਾਂ ਵੀ ਜਾਣਾ, ਪਹਿਲਾਂ ਦੋ ਚਾਰ ਦਿਨ ਬਤੀਤ ਕਰਨ ਤੋਂ ਬਾਅਦ
ਜਲਦੀ ਵਾਪਸ ਆ ਜਾਂਦਾ, ਹੁਣ ਇੰਨੇ ਦਿਨ ਕਿੱਥੇ ਰਿਹਾ। ਆ ਵੇਖਿਓ ਮਾਵਾਂ ਅਕਸਰ ਆਪਣੇ ਪੁੱਤਾਂ ਨੂੰ ਪੁੱਛਦੀਆਂ ਨੇ, ਬੇਟਾ ਇੰਨੇ ਦਿਨ ਹੋ ਗਏ ਤੂੰ ਕਿੱਥੇ ਰਿਹਾ। ਮਾਵਾਂ ਚਿੰਤਾ ਤੁਰ ਹੁੰਦੀਆਂ ਨੇ ਜੇ ਪੁੱਤ ਦੇ ਦੀਦਾਰ ਨਾ ਹੋਣ, ਪੁੱਤ ਦੇ ਦਰਸ਼ਨ ਨਾ ਹੋਣ। ਜਦੋਂ ਆਪਣੇ ਘਰ ਵਿੱਚ ਆਇਆ ਸੇਵਾਦਾਸ, ਮਾਂ ਨੇ ਸਵਾਲ ਕਰ ਦਿੱਤਾ, ਪੁੱਤ ਇੰਨਾ ਸਮਾਂ ਕਿੱਥੇ ਬਤੀਤ ਕੀਤਾ। ਇਹਨੇ ਸਭ ਤੋਂ ਪਹਿਲਾਂ ਆਉਂਦਿਆਂ ਸਾਰ ਮਾਂ ਦੇ ਚਰਨ ਛੋਹੇ, ਮੱਥਾ ਟੇਕਿਆ ਤੇ ਮਾਤਾ ਪਲੰਘ ਤੇ ਬੈਠੀ, ਮੰਜੀ ਤੇ ਬੈਠੀ ਏ, ਇਹ ਮਾਂ ਦੇ ਚਰਨਾਂ ਵਿੱਚ ਬੈਠ ਗਿਆ। ਆਖਣ ਲੱਗਾ, ਮਾਂ ਪੁੱਛਦੇ ਹੋ ਨਾ ਵੀ ਕਿੱਥੋਂ ਆਇਆ, ਇੰਨੇ ਦਿਨ ਕਿੱਥੇ ਰਹਿ ਕੇ ਆਇਆ। ਮਾਂ ਮੈਂ ਰੱਬ ਨੂੰ ਲੱਭਣ ਵਾਸਤੇ ਚੱਲਿਆ ਸੀ, ਸਾਰੇ ਥਾਵਾਂ ਤੇ ਜਾਂਦਾ ਜਾਂਦਾ ਮਾਂ ਮੈਂ ਪਹੁੰਚਿਆ ਸੱਚਖੰਡ ਦਰਬਾਰ ਸ੍ਰੀ ਹਰਿਮੰਦਰ ਸਾਹਿਬ, ਉੱਥੇ ਦੀਦਾਰ ਕੀਤੇ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ, ਛੇਵੇਂ ਪਾਤਸ਼ਾਹ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਨੇ, ਆਪਣੇ ਗਾਤਰੇ ਵਿੱਚ ਮੀਰੀ ਤੇ ਪੀਰੀ ਦੀਆਂ ਦੋ ਤੇਗਾਂ ਪਹਿਨਦੇ ਨੇ। ਮਾਂ ਉਹਨਾਂ ਦੇ ਇੱਕ ਬੰਨੇ ਮਾਲਾ ਵਾਲੇ ਬਹਿੰਦੇ ਨੇ, ਇੱਕ ਬੰਨੇ ਤੇਗਾਂ ਵਾਲੇ ਬਹਿੰਦੇ ਨੇ। ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਦੀਦਾਰ ਕੀਤੇ ਨੇ ਸੇਵਾਦਾਸ ਨੇ। ਜਦੋਂ ਮਾਂ ਪੁੱਛਦੀ ਕਿੱਥੋਂ ਆਇਆ, ਕੀ ਵੇਖ ਕੇ ਆਇਆ, ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਕੀਤੇ ਦੀਦਾਰਿਆਂ ਚੋਂ ਜੋ ਆਨੰਦ ਸੇਵਾਦਾਸ ਨੂੰ ਪ੍ਰਾਪਤ ਹੋਇਆ, ਆਪਣੀ ਮਾਂ ਮਾਤਾ ਭਾਗ ਭਰੀ ਨੂੰ ਕਹਿੰਦਾ, ਕਿਹੜੇ ਸ਼ਬਦਾਂ ਰਾਹੀਂ ਕਹਿੰਦਾ, ਉਹਦਾ ਖੁਲਾਸਾ ਢਾਡੀ ਸ਼ਮਸ਼ੇਰ ਸਿੰਘ ਖੰਡੂਰ, ਸਰੰਗੀ ਮਾਸਟਰ ਮੱਖਣਦੀਪ ਸਿੰਘ ਤਿਹਾੜਾ, ਸੁਖ ਨਿਰੰਜਣ ਸਿੰਘ ਸੁੰਮਣ ਦਾ ਮੁੱਲਾਂਪੁਰ ਵਾਲਾ ਢਾਡੀ ਜਥਾ ਇਉਂ ਬੇਨਤੀ ਕਰਦਾ।
ਮਸਤਕ ਤੇ ਕਲਗੀ ਹੈ, ਹਿਰਦੇ ਵਿੱਚ ਹੈ ਸੱਚ ਫਕੀਰੀ, ਕੱਠੀਆਂ ਨੇ ਇੱਕੋ ਥਾਂ ਸ਼ਕਤੀ ਭਗਤੀ ਮੀਰੀ ਪੀਰੀ, ਕਣ ਕਣ ਵਿੱਚ ਵਸਦੇ ਨੇ ਖਾਲਕ ਖਲਕ, ਖਲਕ ਮੈਂ ਖਾਲਕ, ਕਣ ਕਣ ਵਿੱਚ ਵਸਦੇ ਨੇ ਖਾਲਕ ਖਲਕ, ਖਲਕ ਮੈਂ ਖਾਲਕ, ਮੇਰੇ ਸਤਿਗੁਰ ਹਰਗੋਬਿੰਦ ਪਾਤਸ਼ਾਹ ਜੀ ਦੀ ਮਹਾਨ ਕਮਾਈ ਦਾ ਧਿਆਨ ਧਰ ਕੇ ਇੱਕ ਵਾਰ ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸ਼੍ਰੀਨਗਰ ਤੋਂ ਚੱਲਿਆ ਸੇਵਾਦਾਸ, ਚੱਲਦਾ ਚੱਲਦਾ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਪਾਵਨ ਅਸਥਾਨ ਤੇ ਪਹੁੰਚਿਆ। ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਦੀਦਾਰ ਕਰਕੇ, ਦਰਸ਼ਨ ਕਰਕੇ,
ਨਦਰੀ ਨਦਰ ਨਿਹਾਲ ਹੋ ਗਿਆ। ਤੇ ਆਪਾਂ ਜ਼ਿਕਰ ਕਰ ਰਹੇ ਹਾਂ, ਵਾਪਸ ਚਲਾ ਗਿਆ ਲੰਮਾ ਸਮਾਂ ਬਤੀਤ ਕਰਨ ਤੋਂ ਬਾਅਦ। ਹੁਣ ਜਿਹੜਾ ਆਨੰਦ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ 'ਚ ਰਹਿ ਕੇ ਮਾਣਿਆ, ਉਹਦਾ ਜ਼ਿਕਰ ਆਪਣੀ ਮਾਂ ਕੋਲ ਸਾਂਝਾ ਕਰਦਾ। ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਕਿਹੋ ਜਿਹੇ ਨੇ, ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ, ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਨ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਬਹੁ ਪਰ ਉਪਕਾਰੀ। ਮਾਂ ਮੈਂ ਰੱਬ ਦੇ ਦਰਸ਼ਨ ਕਰਕੇ ਆਇਆ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪਾਵਨ ਅਸਥਾਨ ਤੇ ਰੱਬ ਵੱਸਦਾ। ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਇੱਕ ਬੰਨੇ ਮਾਲਾ ਵਾਲੇ, ਇੱਕ ਬੰਨੇ ਤੇਗਾਂ ਵਾਲੇ ਤੇ ਸ਼ਸਤਰਧਾਰੀ ਸੂਰਮੇ। ਮਾਂ ਹੈਰਾਨ ਹੈ, ਕਿਉਂਕਿ ਮਾਂ ਦੇ ਕੰਨਾਂ ਵਿੱਚ ਤੇ ਇਹੀ ਆਵਾਜ਼ ਪਈ ਹੈ, ਜੇ ਰੱਬ ਨੂੰ ਮਿਲਣਾ ਰਸਤਾ ਕੇਵਲ ਮਾਲਾ ਵਾਲਾ ਹੀ ਹੈ। ਸ਼ਸਤਰਧਾਰੀ ਸੂਰਮੇ ਸੱਚੇ ਪਾਤਸ਼ਾਹ ਕੋਲ ਕਿਉਂ ਨਹੀਂ? ਸੇਵਾ ਦਾਸ ਕਹਿੰਦਾ, ਮਾਂ ਕੇਵਲ ਸ਼ਸਤਰਧਾਰੀ ਸੂਰਮੇ ਨਹੀਂ ਉਹਨਾਂ ਕੋਲ, ਉਹਨਾਂ ਆਪ ਵੀ ਪੀਰੀ ਤੇ ਮੀਰੀ ਦੀਆਂ ਦੋ ਤੇਗਾਂ ਪਹਿਨੀਆਂ ਹੋਈਆਂ ਨੇ, ਸੀਸ ਤੇ ਕਲਗੀ ਲਾ ਕੇ ਰੱਖਦੇ ਨੇ। ਤੇ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਬਚਨ ਕਰਦਾ ਕਰਦਾ ਸੇਵਾਦਾਸ ਜਦੋਂ ਮਾਂ ਨੂੰ ਇਹ ਗੱਲ ਦੱਸਦਾ ਨਾ, ਮਾਂ ਉਹ ਗੁਰੂ ਗ੍ਰਹਿਸਥੀ ਨੇ, ਉਹਨਾਂ ਦੇ ਘਰ ਵਿੱਚ ਪੰਜ ਪੁੱਤਰ ਨੇ, ਉਹਨਾਂ ਦੇ ਘਰ ਵਿੱਚ ਇੱਕ ਧੀ ਏ। ਮਾਤਾ ਹੈਰਾਨ ਹੋ ਉੱਠੀ ਕਿ ਗ੍ਰਹਿਸਥੀ ਨੂੰ ਵੀ ਰੱਬ ਮਿਲ ਸਕਦਾ, ਤੇ ਤੂੰ ਤੇ ਪੁੱਤ ਆਖਦਾ ਵੀ ਉਹ ਆਪ ਰੱਬ ਹੈ, ਤੇ ਸਾਡੇ ਕੰਨਾਂ ਵਿੱਚ ਤੇ ਇਹ ਆਵਾਜ਼ ਪਾਈ ਹੈ ਵੀ ਜੇ ਰੱਬ ਨੂੰ ਮਿਲਣਾ ਘਰ ਘਾਟ ਛੱਡਣਾ ਪਏਗਾ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਿਧਾਂਤ ਆਪਾਂ ਪਿਛਲੇ ਦਿਨਾਂ ਵਿੱਚ ਕਹਿ ਰਹੇ ਸਾਂ ਵੀ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਿਧਾਂਤ ਤੋਂ ਆ ਸੰਸਾਰ ਤੇ ਆਉਣ ਤੋਂ ਪਹਿਲਾਂ ਆਪਾਂ ਛੇਵੇਂ ਨਾਨਕ ਦਾ ਜ਼ਿਕਰ ਕਰਦੇ ਹਾਂ। ਦੂਜੇ ਧਰਮਾਂ ਦੇ ਲੋਕ ਕਹਿੰਦੇ ਸਨ ਵੀ ਜੇ ਰੱਬ ਨੂੰ ਮਿਲਣਾ ਤੁਹਾਨੂੰ ਘਰ ਘਾਟ ਛੱਡਣਾ ਪਏਗਾ, ਜਿਸ ਮਾਂ ਬਾਪ ਨੇ ਤੁਹਾਨੂੰ ਪੈਦਾ ਕੀਤਾ, ਜਿਸ ਮਾਂ ਬਾਪ ਨੇ ਤੁਹਾਡਾ ਪਾਲਣ ਪੋਸ਼ਣ ਕੀਤਾ, ਉਹ ਮਾਂ ਬਾਪ ਨੂੰ ਤਿਆਗ ਦਿਓ, ਘਰ ਘਾਟ ਛੱਡੋ, ਜੰਗਲਾਂ ਵਿੱਚ ਜਾ ਕੇ ਦਰਖਤਾਂ ਨਾਲ ਪੁੱਠੇ ਲਟਕੋ, ਪਹਾੜਾਂ ਦੀਆਂ ਕੰਧਾਂ ਵਿੱਚ ਜਾ ਕੇ ਲੁਕੋ, ਜਲ ਧਾਰੇ ਕਰੋ, ਧੂਣੀਆਂ ਤਾਪੋ। ਤੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਿਧਾਂਤ ਕਹਿੰਦਾ, ਨਾਨਕ ਘਰ ਹੀ ਬੈਠਿਆਂ ਸ਼ੋਭ ਮਿਲੈ ਜੇ ਨੀਅਤ ਰਾਸ ਕਰੇ। ਰੱਬ ਨੂੰ ਲੱਭਣ ਵਾਸਤੇ ਕਿਤੇ ਦੂਰ ਜਾਣ ਦੀ ਲੋੜ ਨਹੀਂ, ਉਹ ਤਾਂ ਵੱਸਾ ਰੱਬ ਹਿਆਲੀ ਹੈ, ਉਹ ਤਾਂ ਤੁਹਾਡੇ ਹਿਰਦੇ ਵਿੱਚ ਵੱਸਦਾ। ਤੇ ਜਦੋਂ ਸੇਵਾਦਾਸ ਆਪਣੀ ਮਾਂ ਨੂੰ ਦੱਸਦਾ ਵੀ ਉਹ ਗ੍ਰਹਿਸਥੀ ਨੇ, ਉਹਨਾਂ ਦਾ ਪਰਿਵਾਰ ਏ, ਉਹਨਾਂ ਦੇ ਘਰ ਪੰਜ ਪੁੱਤਰ ਨੇ, ਉਹਨਾਂ ਦੇ ਘਰ ਵਿੱਚ ਇੱਕ ਧੀ ਏ, ਤੇ ਮਾਂ ਉਹਨਾਂ ਦੇ ਪਾਵਨ ਚਰਨਾਂ ਜਿੱਥੇ ਸਿੱਖ ਆਉਂਦੇ ਨੇ, ਭਾਈ ਆਉਂਦੇ ਨੇ, ਉੱਥੇ ਮਾਈਆਂ ਨੂੰ ਵੀ ਬਰਾਬਰ ਦਾ ਸਤਿਕਾਰ ਦਿੱਤਾ ਜਾਂਦਾ। ਤੇ ਸੇਵਾਦਾਸ ਦੀ ਮਾਂ, ਇਹਦਾ ਨਾਮ ਮਾਤਾ ਭਾਗ ਭਰੀ ਏ ਜੀ, ਚੇਤੇ ਰੱਖਿਓ, ਮਾਤਾ ਭਾਗ ਭਰੀ ਕਹਿੰਦੀ, ਪੁੱਤ ਸਾਡੇ ਧਰਮ ਉੱਤੇ ਔਰਤ ਨੂੰ ਬਰਾਬਰ ਦਾ ਦਰਜਾ ਨਹੀਂ ਦਿੱਤਾ ਜਾਂਦਾ। ਸਾਡੇ ਧਰਮ ਦਾ ਲਖਾਇਕ ਹੈ, ਸਾਡੇ ਧਰਮ ਦਾ ਨਿਸ਼ਾਨ ਹੈ, ਜਿੰਨੇ ਵੀ ਹਿੰਦੂ ਹੋਣਗੇ, ਧਰਮੀ ਹਿੰਦੂ ਪਰਪੱਕ
ਉਹ ਆਪਣੇ ਗਲੇ ਵਿੱਚ ਜਨੇਊ ਪਾ ਕੇ ਰੱਖਣਗੇ, ਮੱਥੇ ਤੇ ਤਿਲਕ ਲਾ ਕੇ ਰੱਖਣਗੇ। ਬੇਟਾ, ਸਾਡਾ ਧਰਮ ਤੇ ਔਰਤ ਨੂੰ ਜਨੇਊ ਪਾਉਣ ਦਾ ਅਧਿਕਾਰ ਨਹੀਂ ਦਿੰਦਾ। ਆਪਾਂ ਪਿਛਲੇ ਦਿਨਾਂ ਵਿੱਚ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜ਼ਿਕਰ ਕਰ ਰਹੇ ਸਾਂ, 9 ਸਾਲ ਦੀ ਆਰਬਲਾ ਸੱਚੇ ਪਾਤਸ਼ਾਹ ਦੀ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਜਦੋਂ ਪੰਡਿਤ ਹਰਦਿਆਲ ਜਨੇਊ ਪਾਉਣ ਲੱਗਾ ਨਾ, ਪਾਤਸ਼ਾਹ ਨੇ ਆਖਿਆ ਵੀ ਮੇਰੇ ਤੋਂ ਪਹਿਲਾਂ ਮੇਰੀ ਭੈਣ ਨੂੰ ਪਾਓ ਜਨੇਊ। ਪੁੱਛਿਆ ਪਹਿਲਾਂ ਪਾਤਸ਼ਾਹ ਨੇ ਵੀ ਜਨੇਊ ਪਾਉਣ ਤੋਂ ਬਾਅਦ ਕੀ ਫਰਕ ਪਵੇਗਾ, ਕੋਈ ਚੇਂਜ ਆਏਗੀ, ਤਬਦੀਲੀ ਆਏਗੀ? ਪੰਡਿਤ ਹਰਦਿਆਲ ਕੋਲ ਜਵਾਬ ਕੋਈ ਨਹੀਂ। ਉਹ ਆਖਣ ਲੱਗਾ, ਨਾਨਕ ਤੂੰ ਹਿੰਦੂ ਧਰਮ ਵਿੱਚ ਪ੍ਰਵੇਸ਼ ਕਰ ਜਾਏਗਾ, ਪੱਕਾ ਹਿੰਦੂ ਬਣ ਜਾਏਗਾ, ਧਰਮ ਵਿੱਚ ਤੇਰੀ ਪਰਪੱਕਤਾ ਬਣ ਜਾਏਗੀ। ਸੱਚੇ ਪਾਤਸ਼ਾਹ ਕਹਿੰਦੇ ਮੈਂ ਇਨਕਾਰ ਨਹੀਂ ਕਰਦਾ, ਜੇ ਜਨੇਊ ਪਾਇਆ ਹੀ ਧਰਮ ਵਿੱਚ ਪਰਪੱਕਤਾ ਹੁੰਦੀ ਹੈ, ਫਿਰ ਵਿਤਕਰਾ ਕਿਉਂ ਕਰਦੇ ਹੋ? ਮੇਰੇ ਨਾਲੋਂ 5 ਸਾਲ ਵੱਡੀ ਏ ਮੇਰੀ ਭੈਣ ਬੇਬੇ ਨਾਨਕੀ, ਇਹਨੂੰ ਪਹਿਨਾਓ। ਪੰਡਿਤ ਹਰਦਿਆਲ ਨੇ ਸਿਰ ਫੇਰ ਦਿੱਤਾ, ਨਾਨਕੀ ਹਾਲਾਂ ਭਾਵੇਂ ਬੱਚੀ ਏ ਲੇਕਿਨ ਔਰਤ ਦਾ ਮੁੱਢਲਾ ਸਰੂਪ ਹੈ। ਸਾਡਾ ਧਰਮ ਕਿਸੇ ਔਰਤ ਨੂੰ ਜਨੇਊ ਪਾਉਣ ਦਾ ਹੱਕ ਨਹੀਂ ਦਿੰਦਾ, ਅਧਿਕਾਰ ਨਹੀਂ ਦਿੰਦਾ। ਇਹੀ ਗੱਲ ਅੱਜ ਸੇਵਾਦਾਸ ਦੀ ਮਾਂ ਨੇ, ਮਾਤਾ ਭਾਗ ਭਰੀ ਨੇ ਕਹਿ ਦਿੱਤੀ। ਹੁਣ ਹੈਰਾਨ ਹੋ ਉੱਠੀ ਮਾਤਾ ਭਾਗ ਭਰੀ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਰੂਪ ਰੇਖਾ ਸੁਣ ਕੇ ਨਾ, ਆਪਣੇ ਪੁੱਤਰ ਸੇਵਾਦਾਸ ਕੋਲੋਂ ਇਹਦੇ ਮਨ ਵਿੱਚ ਕੁਝ ਸਵਾਲ ਪੈਦਾ ਹੁੰਦੇ ਨੇ ਵੀ ਤੂੰ ਆਖਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚ ਦਾ ਸਰੂਪ ਏ, ਤੂੰ ਆਖਦਾ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਔਰਤ ਜ਼ਾਤ ਨੂੰ ਪੂਰਾ ਸਤਿਕਾਰ ਦਿੰਦੇ ਨੇ, ਤੂੰ ਆਖਦਾ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਗ੍ਰਿਸਤੀ ਨੇ। ਜਿਹੜੇ ਸੇਵਾਦਾਸ ਦੀ ਮਾਂ ਦੇ ਮਨ ਵਿੱਚ ਸਵਾਲ ਆਉਂਦੇ ਨੇ ਆਪਣੇ ਪੁੱਤਰ ਨਾਲ ਸਾਂਝੇ ਕਰਦੀ ਕਿਹੜੇ ਸ਼ਬਦਾਂ ਚ, ਮੁੱਲਾਂਪੁਰ ਵਾਲਾ ਢਾਡੀ ਜਥਾ ਢਾਡੀ ਕਲਾ ਦੀ ਇੱਕ ਸ਼ਾਨਦਾਰ ਵੰਨਗੀ ਰਾਹੀਂ ਇਉਂ ਬੇਨਤੀ ਕਰਦਾ ਜੀ। Oh!
ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਦੀਦਾਰ ਕਰਕੇ ਗਿਆ ਸ਼੍ਰੀ ਅੰਮ੍ਰਿਤਸਰ ਸਾਹਿਬ ਤੇ ਮਾਤਾ ਨੂੰ ਜਾ ਕੇ ਦੱਸਦਾ, ਮਾਂ ਮੈਂ ਰੱਬ ਦੀ ਤਲਾਸ਼ ਕਰਕੇ ਆਇਆ ਅੰਮ੍ਰਿਤਸਰ, ਮੈਂ ਰੱਬ ਨੂੰ ਢੂੰਡਣ ਗਿਆ ਸੀ, ਮੈਂ ਰੱਬੀ ਰਾਹ ਦਾ ਮਤਲਾਸ਼ੀ ਹਾਂ, ਮੈਂ ਧਰਮ ਦੀ ਦੁਨੀਆ ਦਾ ਰਾਹੀ ਹਾਂ। ਸਭ ਕੁਝ ਦੱਸ ਦਿੱਤਾ ਸੱਚੇ ਪਾਤਸ਼ਾਹ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਦੀਦਾਰਿਆਂ ਤੋਂ ਜੋ ਆਨੰਦ ਮਾਣਿਆ। ਲੇਕਿਨ ਜਦੋਂ ਸੇਵਾਦਾਸ ਨੇ ਆਖਿਆ ਨਾ ਭਈ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਰੱਬ ਦਾ ਸਰੂਪ ਨੇ, ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਗ੍ਰਹਿਸਥੀ ਨੇ, ਪਰਿਵਾਰ ਵਾਲੇ ਨੇ, ਉਹਨਾਂ ਦੇ ਘਰ ਵਿੱਚ 5 ਪੁੱਤਰ ਨੇ, ਉਹਨਾਂ ਦੇ ਘਰ ਵਿੱਚ ਇੱਕ ਧੀ ਏ ਤੇ ਪਾਤਸ਼ਾਹ ਦੇ ਪਾਵਨ ਚਰਨੀ ਇੱਕ ਬੰਨੇ ਸਿੱਖ ਪੈਂਦੇ ਨੇ, ਭਾਈ ਬਹਿੰਦੇ ਨੇ, ਦੂਜੇ ਬੰਨੇ ਮਾਂਝਾਂ ਬਹਿੰਦੀਆਂ ਨੇ। ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਸਭ ਨੂੰ ਸਤਿਕਾਰ ਦਿੰਦੇ ਨੇ। ਹੈਰਾਨ ਹੋ ਕੇ ਇਹ ਮਾਤਾ ਭਾਗ ਭਰੀ ਆਖਣ ਲੱਗੀ ਵੀ ਸਾਡੇ ਧਰਮ ਵਿੱਚ ਔਰਤ ਜਾਤ ਨੂੰ ਸਤਿਕਾਰ ਨਹੀਂ ਦਿੱਤਾ ਜਾਂਦਾ। ਆਪਾਂ ਆਮ ਦੁਨਿਆਵੀ ਨਜ਼ਰ ਮਾਰ ਕੇ ਵੇਖੀਏ, ਤੁਹਾਨੂੰ ਮਿਲੇ ਹੋਣਗੇ ਬਹੁਤ ਸਾਰੇ ਹਿੰਦੂ ਜਿਹੜੇ ਗਲ ਵਿੱਚ ਜਨੇਊ ਪਾ ਕੇ ਰੱਖਦੇ ਨੇ, ਲੇਕਿਨ ਤੁਸਾਂ ਨੇ ਕਿਸੇ ਹਿੰਦੂ ਔਰਤ ਦੇ ਗਲ ਵਿੱਚ ਜਨੇਊ ਪਾਇਆ ਨਹੀਂ ਵੇਖਿਆ ਹੋਵੇਗਾ। ਹਕੀਕਤ ਹੈ ਜੀ, ਵੱਖ ਵੱਖ ਧਰਮਾਂ ਦੇ ਲੋਕਾਂ ਨੇ ਔਰਤ ਨੂੰ ਤਿਸਕਾਰਿਆ, ਸਤਿਕਾਰ ਨਹੀਂ ਕੀਤਾ। ਕੋਈ ਕਹਿੰਦਾ ਇਹਦੀ ਗਿੱਚੀ ਪਿੱਛੇ ਮੱਤ ਹੈ, ਕੋਈ ਧਰਮ ਵਾਲੇ ਕਹਿੰਦੇ ਨੇ ਔਰਤ ਆਟੇ ਦਾ ਦੀਵਾ,
ਇਹਨੂੰ ਅੰਦਰ ਰੱਖੋਗੇ ਤੇ ਚੂਹੇ ਖਾ ਜਾਣਗੇ, ਜੇ ਬਾਹਰ ਰੱਖੋਗੇ ਤੇ ਕਾਂ ਕੁੱਤੇ ਲੈ ਜਾਣਗੇ। ਪਰ ਇਹ ਤੇ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ। ਸੋ ਕਿਉਂ ਮੰਦਾ ਆਖੀਐ ਜਿਤ ਜੰਮਹਿ ਰਾਜਾਨ। ਮਾਂ ਦੇ ਮਨ ਵਿੱਚ ਸ਼ੰਕਾ ਪੈਦਾ ਹੋ ਗਿਆ, ਇਸ ਕਰਕੇ ਆਪਣੇ ਪੁੱਤਰ ਸੇਵਾ ਦਾਸ ਤੇ ਕੁਝ ਸਵਾਲ ਕਰਦੀ ਏ। ਹੁਣ ਕਿਹੜੇ ਸ਼ਬਦਾਂ ਰਾਹੀਂ ਇਹਨਾਂ ਲਾਈਨਾਂ ਦਾ ਜਵਾਬ ਦੇਵੇਗਾ ਸੇਵਾ ਦਾਸ, ਤੇ ਮਾਂ ਦੇ ਮਨ ਵਿੱਚ ਵੀ ਭਾਵਨਾ ਬਣੇਗੀ ਵੀ ਜੇ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਖੁਦਾ ਦੀ ਜੋਤ, ਅੱਲਾ ਦਾ ਨੂਰ, ਰੱਬ ਦਾ ਸਰੂਪ ਨੇ, ਪੁੱਤ ਫਿਰ ਮੈਂ ਵੀ ਚਾਹੁੰਦੀ ਹਾਂ ਐਸੇ ਗੁਰੂ ਦੇ ਦੀਦਾਰ ਕਰਨੇ। ਇਹ ਸਾਰਾ ਇਤਿਹਾਸ ਭਾਵਨਾ ਜੋੜ ਕੇ ਰੱਖਿਓ, ਆਉਣ ਵਾਲੇ ਦੀਵਾਨਾਂ ਵਿੱਚ ਲੜੀਵਾਰ ਇਤਿਹਾਸ ਇਸ ਤਰ੍ਹਾਂ ਕਹਿੰਦੇ ਜਾਵਾਂਗੇ। ਧੰਨਵਾਦ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਨੇ ਮਨੁੱਖਾ ਜਨਮ ਦੇ ਕੇ ਆਪਣੇ ਦਰ ਦੇ ਢਾਡੀ ਹੋਣ ਦਾ ਮਾਣ ਬਖਸ਼ਿਸ਼ ਕੀਤਾ। ਧੰਨਵਾਦ ਆਪ ਰੱਬ ਵਰਗੀਆਂ ਸੰਗਤਾਂ ਦਾ, ਜਿਨ੍ਹਾਂ ਨੇ ਦਾਸਾਂ ਦੇ ਤੁੱਛ ਜੇ ਵਿਚਾਰਾਂ ਨੂੰ ਬੜੀ ਭਾਵਨਾ ਨਾਲ ਬੜੇ ਪਿਆਰ ਨਾਲ ਸਰਵਣ ਕੀਤਾ। ਤੁਸੀਂ ਸਭ ਨੇ ਜਥੇ ਦਾ ਸਨਮਾਨ ਕੀਤਾ, ਇਤਿਹਾਸ ਦਾ ਸਨਮਾਨ ਕੀਤਾ। ਮੈਂ ਦਿਲ ਦੀਆਂ ਗਹਿਰਾਈਆਂ ਵਿੱਚੋਂ ਤੁਹਾਡੇ ਸਭ ਦੀ ਚੜ੍ਹਦੀ ਕਲਾ ਵਾਸਤੇ ਗੁਰੂ ਕੇ ਪਾਵਨ ਚਰਨਾਂ 'ਚ ਅਰਦਾਸ ਬੇਨਤੀ ਕਰਦਾ। ਮੇਰੇ ਕੋਲੋਂ ਬੋਲਦਿਆਂ ਕੋਈ ਗਲਤੀ, ਕੋਈ ਭੁੱਲ, ਕੋਈ ਊਣਤਾਈ ਜੇ